ਡਾਕਟਰ ਨਰਿੰਦਰ ਸਿੰਘ ਕਪੂਰ ਦਾ ਵਿਸ਼ਾ ਹੈ ਯੋਗਤਾ ਤੇ ਸਮਰੱਥਾ ਯੋਗਤਾ ਜੇ ਵਰਤੀ ਨਾ ਜਾਏ ਤਾਂ ਇਹ ਗਵਾਚ ਜਾਂਦੀ ਹੈ ਅਣਵਰਤੀ ਯੋਗਤਾ ਪਛਤਾਵੇ ਦਾ ਕਾਰਨ ਬਣਦੀ ਹੈ ਯੋਗਤਾ ਗਰੀਬ ਦੀ ਦੌਲਤ ਹੁੰਦੀ ਹੈ ਇਹਨੂੰ ਵਰਤਨ ਨਾਲ ਗਰੀਬ ਖੁਸ਼ਹਾਲ ਹੋ ਜਾਂਦੇ ਹਨ ਵਿਕਾਸ ਕਰਨ ਦੀ ਯੋਗਤਾ ਤੇ ਮਿਹਨਤ ਦੀ ਸਮਰੱਥਾ ਤੋਂ ਬਿਨਾ ਅਮੀਰ ਨਹੀਂ ਹੋਇਆ ਜਾ ਸਕਦਾ ਗਿਆਨਵੰਗ ਤਾਨੂੰ ਸੰਭਾਲਣ ਦੀ ਵੀ ਯੋਗਤਾ ਹੁੰਦੀ ਹੈ ਕਈਆਂ ਕੋਲ ਸੰਭਾਲਣ ਦੀ ਯੋਗਤਾ ਘੱਟ ਹੁੰਦੀ ਹੈ ਪਰ ਵਿਰਸੇ ਵਿੱਚੋਂ ਜਾਂ ਮਾਪਿਆਂ ਕੋਲੋਂ ਧੰਨਵਾਦ ਮਿਲ ਜਾਂਦਾ ਹੈ ਅਜਿਹੇ ਲੋਕਾਂ ਕੋਲੋਂ ਬਹੁਤਾ ਧੰਨ ਚਲਾ ਜਾਂਦਾ ਹੈ ਤੇ ਉਨਾਂ ਕੋਈ ਬਚਦਾ ਜਿੰਨੇ ਨੂੰ ਸੰਭਾਲਣ ਦੀ ਯੋਗਤਾ ਤੇ ਸਮਰੱਥਾ ਹੁੰਦੀ ਹੈ ਲੋੜ ਯੋਗਤਾ ਤੇ ਸਮਰੱਥਾ ਨੂੰ ਵਧਾਉਣ ਦੀ ਹੈ ਬਾਣिए ਕੋਲ ਬਹੁਤ ਤਨ ਹੁੰਦਾ ਹੈ ਕਿਉਂਕਿ ਉਸ ਵਿੱਚ ਬਚਾਉਣ ਦੀ ਯੋਗਤਾ ਤੇ ਸੰਭਾਲਣ ਦੀ ਸਮਰੱਥਾ ਹੁੰਦੀ ਹੈ ਪਰ ਬਾਣिए ਕੋਲ ਜ਼ਮੀਨ ਖੇਤ ਖੇਤ ਦੀ ਰਾਖੀ ਕਰਨ ਦੀ ਯੋਗਤਾ ਨਹੀਂ ਹੁੰਦੀ ਕਿਸਾਨ ਹਮੇਸ਼ਾ ਥੁੜਿਆ ਹੀ ਰਹਿੰਦਾ ਹੈ ਕਿਉਂਕਿ ਉਹਦਾ ਧਿਆਨ ਖਰਚਣ ਤੇ ਹੁੰਦਾ ਹੈ ਤੇ ਕਈ ਵਾਰ ਉਧਾਰ ਲੈ ਕੇ ਵੀ ਖਰਚਿਆ ਜਾਂਦਾ ਹੈ ਕਿਸਾਨ ਕੋਲ ਜ਼ਮੀਨ ਸੰਭਾਲਣ ਦੀ ਯੋਗਤਾ ਤਾਂ ਹੁੰਦੀ ਹੈ ਪਰ ਤਨ ਸੰਭਾਲਣ ਦੀ ਨਹੀਂ ਸੋਸ ਕੋਲ ਤਨ ਅਮੁੱਖ ਹੋਣ ਦੇ ਬਾਵਜੂਦ ਬਚਦਾ ਨਹੀਂ ਸਹੀ ਅਰਥਾਂ 'ਚ ਜਿਹੜਾ ਵਿਅਕਤੀ ਅਮੀਰ ਹੁੰਦਾ ਹੈ ਉਹਦੀ ਨਿਸ਼ਾਨੀ ਇਹ ਹੋਏਗੀ ਕਿ ਉਹ ਆਪਣੀ ਅਮੀਰੀ ਨੂੰ ਛੁਪਾਉਣ ਦਾ ਯਤਨ ਕਰੇਗਾ ਜਦ ਕਿ ਹੁੱਚਾ ਵਿਅਕਤੀ ਆਪਣੀ ਅਸਲੀਅਤ ਨਾਲੋਂ ਵੱਧ ਅਮੀਰ ਪ੍ਰਤੀਤ ਹੋਣ ਦੇ ਯਤਨ 'ਚ ਡੁੱਬ ਜਾਏਗਾ ਕਿਸਮਤ ਨਾਲ ਜਾਂ ਸਿਫਾਰਿਸ਼ ਨਾਲ ਤੁਹਾਨੂੰ ਕੋਈ ਨੌਕਰੀ ਜਾਂ ਅਵਸਰ ਮਿਲ ਸਕਦਾ ਹੈ ਪਰ ਇਹ ਨੌਕਰੀ ਤੁਹਾਡੇ ਕੋਲ ਰਹੇਗੀ ਹਾਂ ਹੀ ਜੇ ਰੱਖਣ ਦੀ ਸਮਰੱਥਾ ਤੇ ਮਿਲੇ ਅਵਸਰ ਦੇ ਹਾਣ ਦੇ ਹੋਣ ਦੀ ਯੋਗਤਾ ਹੋਏਗੀ ਦੁਕਾਨ ਖੋਲਣੀ ਸੌਖੀ ਹੈ ਕੰਮ ਧੰਦਾ ਆਰੰਭ ਕਰਨ ਦਾ ਚਾਹ ਹੁੰਦਾ ਹੈ ਕਿਸੇ ਦੀ ਨਕਲ ਕਰਨੀ ਔਖੀ ਨਹੀਂ ਲੱਗਦੀ ਪਰ ਦੁਕਾਨ ਖੁੱਲੀ ਰੱਖਣੀ ਔਖੀ ਹੈ ਕੰਮ ਧੰਦੇ ਨੂੰ ਚਲਾਉਣਾ ਸੌਖਾ ਨਹੀਂ ਹੈ ਯੋਗਤਾ ਨਾ ਹੋਵੇ ਤਾਂ ਨਕਲ ਕਰਨੀ ਬੜੀ ਮਹਿੰਗੀ ਪੈਂਦੀ ਹੈ ਲੱਖਾਂ ਹੀ ਨਹੀਂ ਕਰੋੜਾਂ ਲੋਕ ਆਪਣੀ ਯੋਗਤਾ ਸਮਰੱਥਾ ਸਮਝੇ ਬਿਨਾ ਜ਼ਿੰਦਗੀ ਦਾ ਜੁਰਮਾਨਾ ਭਰ ਰਹੇ ਹਨ ਇੱਛਾ ਤਾਂ ਹੁੰਦੀ ਹੈ ਪਰ ਯੋਗਤਾ ਨਹੀਂ ਹੁੰਦੀ ਅਵਸਰ ਤਾਂ ਮਿਲਦਾ ਹੈ ਪਰ ਸਮਰੱਥਾ جواب ਦੇ ਜਾਂਦੀ ਹੈ ਸਕੂਲ ਕਾਲਜ ਵਪਾਰ ਸਮਾਜ ਤੇ ਸੰਸਾਰ ਵਿੱਚ ਮਿਹਨਤ ਤੋਂ ਬਿਨਾ ਕੋਈ ਵੱਡੀ ਪ੍ਰਾਪਤੀ ਸੰਭਵ ਨਹੀਂ ਹੁੰਦੀ ਖੇਤਰ ਕੋਈ ਵੀ ਹੋਵੇ ਉਸ ਵਿੱਚ ਥੋੜੇ ਜਿਹੇ ਵਿਅਕਤੀ ਹੀ ਮਿਹਨਤ ਦੇ ਉਦੇਸ਼ ਨਾਲ ਦਾਖਲ ਹੁੰਦੇ ਹਨ ਬਾਕੀ ਆਪਣਾ ਦਾ ਲਾਣ ਦਾ ਯਤਨ ਕਰਦੇ ਹਨ ਪਰ ਥੋੜੇ ਜੇ ਅਰਸੇ ਚ ਉਹਨਾਂ ਦੇ ਜਿੱਤਣ ਹਾਰਨ ਦਾ ਨਿਰਣਾ ਹੋ ਜਾਂਦਾ ਹੈ ਤੇ ਬਹੁਤੇ ਕੇਵਲ ਸੁਪਨੇ ਵੇਖਣ ਵਾਲਿਆਂ ਦੀ ਭੀੜ ਵਿੱਚ ਗਵਾਚ ਜਾਂਦੇ ਹਨ ਪੌੜੀ ਦੇ ਸਿਖਰਲੇ ਡੰਡੇ ਤੇ ਪਹੁੰਚਣ ਲਈ ਭੀੜ ਵਿੱਚੋਂ ਲੰਘਣਾ ਪਏਗਾ ਭੀੜ ਲੰਘਣ ਨਹੀਂ ਦੇਗੀ ਆਪਣੀ ਯੋਗਤਾ ਦੇ ਜ਼ੋਰ ਨਾਲ ਲੰਘਣਾ ਪਏਗਾ ਜਦੋਂ ਤੁਹਾਡੀ ਯੋਗਤਾ ਨਿਰਵਿਵਾਦ ਢੰਗ ਨਾਲ ਸਥਾਪਿਤ ਹੋ ਜਾਏਗੀ ਤਾਂ ਭੀੜ ਤੁਹਾਡੇ ਲਈ ਆਪੇ ਰਾਹ ਛੱਡੇਗੀ ਜੇਤੂਆਂ ਨੂੰ ਰੋਕਿਆ ਨਹੀਂ ਜਾਂਦਾ ਉਹਨਾਂ ਉੱਤੇ ਫੁੱਲ ਵਰਸਾਏ ਜਾਂਦੇ ਹੈ ਸਥਾਪਿਤ ਹੋ ਚੁੱਕੀ ਯੋਗਤਾ ਨੂੰ ਸਮਰੱਥਾ ਕਹਿੰਦੇ ਹਨ ਜਦੋਂ ਕਿ ਅਮਲ 'ਚ ਲਿਆਂਦੀ ਸਮਰੱਥਾ ਯੋਗਤਾ ਖਵਾਉਂਦੀ ਹੈ ਯੋਗਤਾ ਤੇ ਸਮਰੱਥਾ ਦੋਹਾਂ ਦਾ ਆਧਾਰ ਸਿਆਣਪ ਨਾਲ ਤੇ ਸਪਸ਼ਟ ਉਦੇਸ਼ ਅਦਨ ਕੀਤੀ ਮਿਹਨਤ ਹੁੰਦੀ ਹੈ ਇਹਨਾਂ ਗੁਣਾਂ ਵਿੱਚੋਂ ਸਫਲਤਾ ਉਪਜਦੀ ਹੈ ਸਫਲ ਵਿਅਕਤੀ ਜਦੋਂ ਕਿਸੇ ਕੰਮ ਨੂੰ ਵੇਖਦਾ ਹੈ ਤਾਂ ਸੋਚਦਾ ਹੈ ਸਾਰੇ ਕਹਿੰਦੇ ਹਨ ਕਿ ਇਹ ਕੰਮ ਔਖਾ ਹੈ ਇਸੇ ਕਰਕੇ ਮੈਂ ਇਹ ਕਰਾਂਗਾ ਉਹ ਸੋਚੇਗਾ ਕਿ ਮੈਂ ਇਹ ਕਰ ਸਕਦਾ ਹਾਂ ਇਹ ਮੈਨੂੰ ਹੀ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਅਸਫਲ ਹੀ ਹੋਣਾ ਹੁੰਦਾ ਹੈ ਉਹ ਗੁੱਸੇ ਨਾਲ ਬਹਿਸ ਕਰਕੇ ਇਹ ਸਾਬਤ ਕਰਨਗੇ ਕਿ ਇਹ ਕੰਮ ਮੇਰਾ ਨਹੀਂ ਹੈ ਮੈਂ ਕਿਉਂ ਕਰਾਂ ਗੁੱਸਾ ਕਦੇ ਵੀ ਤਰਕ ਨਹੀਂ ਬਣਦਾ ਗੁੱਸਾ ਤਾਕਤ ਵਿੱਚੋਂ ਨਹੀਂ ਕਮਜ਼ੋਰੀ 'ਚੋਂ ਉਪਜਦਾ ਹੈ ਬਹਿਸ ਗੱਲਬਾਤ ਦੀ ਸਭ ਤੋਂ ਨੀਵੀਂ ਬਣ ਗਈ ਹੁੰਦੀ ਹੈ ਬਹਿਸ ਨੂੰ ਜਿੱਤਣ ਤੇ ਹਾਰਨ ਦੋਹਾਂ 'ਚ ਨੁਕਸਾਨ ਹੁੰਦਾ ਹੈ ਬਹਿਸ ਨੂੰ ਜਿੱਤਣ ਤੇ ਹਾਰਨ ਵਾਲੇ ਦੋਵੇਂ ਕੰਮ ਨਹੀਂ ਕਰਨਗੇ ਧਿਆਨ ਨਾਲ ਵੇਖਣਾ ਬਹਿਸ ਕਰਦਿਆਂ ਕੋਈ ਸੋਣਾ ਨਹੀਂ ਲੱਗਦਾ ਸਿਆਣੇ ਸਹਿਮਤ ਹੁੰਦੇ ਹਨ ਮੂਰਖ ਬਹਿਸ ਕਰਦੇ ਹਨ ਸਿਆਣੇ ਕੰਮ ਕਰਦੇ ਹਨ ਮੂਰਖ ਬਹਾਨੇ ਲਾਉਂਦੇ ਹਨ ਸਿਆਣੇ ਤੇ ਯੋਗ ਵਿਅਕਤੀ ਦੀ ਇਹ ਪਛਾਣ ਹੁੰਦੀ ਹੈ ਕਿ ਉਹ ਸਪਸ਼ਟ ਤੇ ਅਧੂਰੇ ਤੱਥਾਂ ਦੇ ਆਧਾਰ ਤੇ ਵੀ ਠੀਕ ਅਨੁਮਾਨ ਲਾ ਸਕਦਾ ਹੈ ਵਾਸਤਵ ਵਿੱਚ ਯੋਗਤਾ ਨਵੀਆਂ ਅਣਕਿਆਸੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਸਮਰੱਥਾ ਦਾ ਦੂਜਾ ਨਾਮ ਹੈ ਇੱਕ ਵਾਰੀ ਪਹਾੜੀ ਟਹਾਲਾਂ ਉੱਤੇ ਇੱਕ ਵਿਅਕਤੀ ਨੇ ਪੈਂਕਚਰ ਹੋਏ ਟਾਇਰ ਦੇ ਚਾਰ ਨਟ ਖੋਲ ਕੇ ਰੱਖੇ ਪਰ ਉਟਲਾਨ ਕਾਰਨ ਰੁੜ ਗਏ ਉਹ ਬੜਾ ਪਰੇਸ਼ਾਨ ਸੀ ਉਹਨੂੰ ਵੇਖ ਕੇ ਇੱਕ ਲੰਘਦੇ ਯੋਗ ਵਿਅਕਤੀ ਨੇ ਕਿਹਾ ਜਿਹੜੇ ਤਿੰਨ ਪਹੀਏ ਠੀਕ ਹਨ ਉਹਨਾਂ ਦਾ ਇੱਕ ਇੱਕ ਨਟ ਖੋਲ ਕੇ ਕੰਮ ਚਲਾ ਲਓ ਪਰੇਸ਼ਾਨ ਨਾ ਹੋ ਜੇ ਸਮਰੱਥਾ ਨੇਮਬਦ ਹੋ ਜਾਏ ਤਾਂ ਯੋਗਤਾ ਬਣ ਕੇ ਵਿਅਕਤੀ ਦੇ ਮਾਹਰ ਹੋਣ ਦੀ ਵਿਸ਼ੇਸ਼ ਪਛਾਣ ਬਣ ਜਾਂਦੀ ਹੈ ਜਿਹੜਾ ਵਿਅਕਤੀ ਆਪਣੀ ਨਿਪੁੰਨ ਕਾਰਗੁਜ਼ਾਰੀ ਨੂੰ ਦੁਹਰਾ ਨਹੀਂ ਸਕਦਾ ਉਹ ਯੋਗ ਨਹੀਂ ਹੈ ਕਿਸੇ ਮੁਲਾਕਾਤ ਵੇਲੇ ਉਮੀਦਵਾਰਾਂ ਦੇ ਸਰਟੀਫਿਕੇਟ ਇਸ ਉਦੇਸ਼ ਨਾਲ ਵੇਖੇ ਜਾਂਦੇ ਹਨ ਕਿ ਉਹਨਾਂ ਵਿੱਚ ਨਿਰੰਤਰ ਮਿਹਨਤ ਕਰਨ ਦੀ ਯੋਗਤਾ ਹੈ ਕਿ ਨਹੀਂ ਯੋਗ ਵਿਅਕਤੀਆਂ ਦੀ ਕਾਰਗੁਜ਼ਾਰੀ ਵਿੱਚ ਇੱਕ ਸੁਰਤਾ ਅਤੇ ਨਿਰੰਤਰਤਾ ਹੁੰਦੀ ਹੈ ਬਾਕੀਆਂ ਦੀ ਕਾਰਗੁਜ਼ਾਰੀ ਵਿੱਚ ਜਾਂ ਟੋਏ ਹੁੰਦੇ ਆ ਜਾਂ ਟਿੱਬੇ ਯੋਗ ਵਿਅਕਤੀ ਗੰਭੀਰ ਤੇ ਸ਼ਾਂਤ ਹੁੰਦੇ ਹਨ ਉਹ ਸਮੱਸਿਆਵਾਂ ਨੂੰ ਹੱਲ ਕਰਨ ਦੀ ਦ੍ਰਿਸ਼ਟੀ ਨਾਲ ਵੇਖਦੇ ਹਨ ਤਾਕਤਵਰ ਵਿਅਕਤੀ ਸ਼ਾਂਤ ਹੁੰਦੇ ਹਨ ਕਿਉਂਕਿ ਸ਼ਾਂਤ ਹੋਣਾ ਆਪਣੇ ਆਪ ਚ ਇੱਕ ਤਾਕਤ ਹੈ ਅਜੇ ਤੱਕ ਕੋਈ ਵੀ ਵਿਅਕਤੀ ਸਬਬ ਨਾਲ ਜਾਂ ਅਚਾਨਕ ਹੀ ਸਮਰੱਥਾवान ਤੇ ਯੋਗ ਨਹੀਂ ਬਣਿਆ ਹੰਡ ਅਨਸਾਰ ਯੋਗਤਾ ਤੇ ਚਰਿੱਤਰ ਨੀਵੀਆਂ ਆਤਾਂ ਨਾਲ ਨਹੀਂ ਉਸਰਦੇ ਆਲੇ ਦੁਆਲੇ ਵਿੱਚ ਕਿਸੇ ਖੁਸ਼ਹਾਲ ਅਮੀਰ ਪਰਿਵਾਰ ਨੂੰ ਵੇਖਣ ਤੋਂ ਪਤਾ ਲੱਗੇਗਾ ਕਿ ਇੱਕ ਪੀੜੀ ਸੰਗਣੀ ਮਿਹਨਤ ਯੋਗਤਾ ਤੇ ਕੁਰਬਾਨੀ ਨਾਲ ਖੁਸ਼ਹਾਲੀ ਉਸਾਰਦੀ ਹੈ ਨਾਲ ਚੱਲ ਰਹੀ ਦੂਜੀ ਪੀੜੀ ਉਹਦਾ ਫਲ ਖਾਂਦੀ ਹੈ ਜਦ ਕਿ ਅਕਸਰ ਅਗਲੇਰੀ ਪੀੜੀ ਉਸ ਖੁਸ਼ਹਾਲੀ ਨੂੰ ਇਸ ਲਈ ਉਜਾੜਦੀ ਹੈ ਕਿਉਂਕਿ ਉਸ ਵਿੱਚ ਮਿਹਨਤ ਦੀ ਯੋਗਤਾ ਤੇ ਖੁਸ਼ਹਾਲੀ ਸੰਭਾਲਣ ਦੀ ਸਮਰੱਥਾ ਨਹੀਂ ਹੁੰਦੀ ਤੀਜੀ ਪੀੜੀ ਆਪਣੇ ਚਰਿੱਤਰ ਦੇ ਹਨੇਰੇ ਪੱਖ ਹੀ ਰੋਸ਼ਨ ਕਰਦੀ ਹੈ ਮੁਸੀਬਤ ਤੇ ਸੰਕਟ ਵਿੱਚ ਚਰਿੱਤਰ ਬਣਦਾ ਨਹੀਂ ਪ੍ਰਗਟ ਹੁੰਦਾ ਹੈ ਕਿਸੇ ਨਾ ਕਿਸੇ ਪੱਖੋਂ ਹਰੇਕ ਵਿਅਕਤੀ ਯੋਗ ਹੁੰਦਾ ਹੈ ਪਰ ਉਸ ਵਾਸਤੇ ਆਪਣੀ ਯੋਗਤਾ ਦੀ ਆਪ ਪਛਾਣ ਕਰਨੀ ਸੌਖੀ ਨਹੀਂ ਹੁੰਦੀ ਇਸ ਪਛਾਣ ਲਈ ਅਸੀਂ ਸਕੂਲਾਂ ਕਾਲਜਾਂ ਵਿੱਚ ਦਾਖਲ ਹੁੰਦੇ ਹਾਂ ਧੰਨਵਾਦ ਚਲਦਾ